लुधियाना शहर में बह रहे बुड्ढा दरिया की सफाई के लिए दैनिक सवेरा द्वारा शुरू किए गए सबदा अभियान को उस समय और मजबूती मिली जब लुधियाना शहर की अलग अलग संस्थाओं व शहरवासियों ने अपने सदस्यों सहित लुधियाना नगर निगम जोन ए में पहुंचकर निगम कमिश्नर प्रदीप अग्रवाल को गुलाब के फूल भेंट कर बुड्ढा दरिया की सफाई के लिए ठोस कदम उठाने के लिए प्रशासन को जगाने के लिए प्रेरित किया। इस मौके पर हनुमंत सेवा परिवार के अनिल सोनी, गगन चोपड़ा, विक्की मल्होत्रा, बिट्टू गुंबर, चंद्रकांत चड्डा, गुरिंदर छतवाल, चौधरी यशपाल, नरेंद्र जीत कौर, डॉक्टर प्रशांत, विपन कुमार, चिराग थापर, श्वेतामन चंदा, विपन सूद, राकेश पुरी, रविंदर सचदेवा, रविंदर गोसाई, लीना टापरिया, अरुण टापरिया सहित लुधियाना शहर के सामाजिक संस्थाओं से जुड़े सभी सदस्यगण मौजूद थे। कमिश्नर साहब एक दे बुढ़े नाले की सफाई अभियान वास्ते एक महल की सफाई वास्ते असी लुधियाना यू लुधियाना इंटीग्रेशन क्राइम ब्यूरो वालों अज जी दैनिक सवेरा वालों सफाई मुहिम का शुरू किया गया ना पूरा समर्थन करन आए हैं तो असी कमिश्नर साहब फुल दे के आए हैं कि वो कुछ ध्यान देन इस मुहिम बारे असी बहुत शुक्रगुजार हाँ दैनिक सवेरा अखबार का जिहड़े मुहिम बहुत उच्च कोटि ते ले जा रहे हैं। लुधियाना समाज सेवा सुसायटी का मैं प्रधान विपन सूद ये अज यह जागरूकता अभियान जिहड़ा चलाया प्रेस ने बहुत वधिया इन्हां नूं जागना चाहिए बुढ़े नाले की हालत देखनी चाहिए है ये बुढ़े नाले के नेड़े भी नहीं लंघते आप बह जाते बंद कमर च उत्थे पब्लिक का हाल देखो जाके बहुत जरूरी है जी शहर लुधियाना मानचेस्टर है। मेरा नाम अनिल सोनी मैं दैनिक सवेरा जी मुहिम चली है और हलचल चैनल जी मुहिम चली है नाला साहब बुढ़ा नाला साफ कराने की मैं श्री हनुमत सेवा परिवार और साईं लाठी शाह परिवार के सारे इकट्ठे मैंबर मिल के आए हैं और असी उम्मीद रखते हैं असी कमिश्नर साहब नूं विज्ञापन दिता है असी अपना जिहड़ा रोष है असी वह गुलाब का फुल दे के रोष प्रगट किया है असी उम्मीद रखते हैं कि साड़ी ये जिहड़ी मुहिम दैनिक सवेरा ने चलाई है और सारे शहर वासी भी इहदा नाल सहयोग देन और वध तो वध अपना अपने जिहड़ा घर दा जिहड़ा गंद है उहनूं इकट्ठा करके वह अलग अपना सुट्टो तो बुढ़े नाले नूं साफ रखो। साडियां दोवें संस्थावां एक्शन अगेंस्ट करप्शन ਅਤੇ ਸ਼ਿਵ ਵੈਲਫੇਅਰ ਸੁਸਾਇਟੀ ਜੋ ਕਿ ਬਹੁਤ ਹੀ ਲੰਬੇ ਸਮੇਂ ਤੋਂ ਬਹੁਤ ਹੀ ਪ੍ਰਸ਼ੰਸਾਯੋਗ ਜਿਹੜਾ ਪ੍ਰਯਾਸ ਦੈਨਿਕ ਸਿਵਰਾ ਗਰੁੱਪ ਵੱਲੋਂ ਜਿਹੜਾ ਕਿ ਬੁੱਢੇ ਦਰਿਆ ਨੂੰ ਲੈ ਕੇ ਜਿਹੜਾ ਸਾਡਾ ਦਰਿਆ ਸੀਗਾ ਜਿਹਨੂੰ ਲੋਕਾਂ ਦੀ ਲਾਪਰਵਾਹੀ ਕਰਕੇ ਅਫਸਰਾਂ ਦੀ ਅਣਖਿਆਤੀ ਕਰਕੇ ਖਾਸ ਤੌਰ 'ਤੇ ਮੈਂ ਕਹਾਂਗਾ ਜਿਹਨੂੰ ਅੱਜ ਨਾਲਾ ਬਣਾ ਦਿੱਤਾ ਗਿਆ ਉਹਨੂੰ ਸਾਫ਼ ਕਰਨ ਲਈ ਜਿਹੜਾ ਪ੍ਰਯਾਸ ਸਬਦਾ ਮੁਹਿੰਮ ਜੋੜੀ ਗਈ ਹੈ ਅਸੀਂ ਜਿੱਥੇ ਉਹਦਾ ਪੂਰਨ ਰੂਪ ਨਾਲ ਸਮਰਥਨ ਕਰਦੇ ਹਾਂ ਅਤੇ ਨਾਲ ਦੀ ਨਾਲ ਅਸੀਂ ਅੱਜ ਗਾਂਧੀਗਿਰੀ ਢੰਗ ਦੇ ਨਾਲ ਗੁਲਾਬ ਦੇ ਫੁੱਲ ਲੈ ਕੇ ਕਮਿਸ਼ਨਰ ਪ੍ਰਦੀਪ ਅਗਰਵਾਲ ਨੂੰ ਅੱਜ ਸੰਕੇਤ ਦੇਣ ਆਏ ਹਾਂ ਇੱਕ ਸੰਕੇਤ ਕਰਨ ਆਏ ਹਾਂ ਕਿ ਵੀ ਜਲਦ ਤੋਂ ਜਲਦ ਇਸ ਨਾਲੇ ਨੂੰ ਦਰਿਆ ਦੇ ਰੂਪ 'ਚ ਵਾਪਸ ਲਿਆਂਦਾ ਜਾਵੇ ਸ਼ਹਿਰ ਵਾਸੀਆਂ ਨੂੰ ਇੱਕ ਵਧੀਆ ਜ਼ਿੰਦਗੀ ਉਸਾਰਨ ਲਈ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਅਤੇ ਨਾਲ ਦੀ ਨਾਲ ਸਾਨੂੰ ਜਿਸ ਤਰ੍ਹਾਂ ਅੱਜ ਲੱਗਿਆ ਵੀ ਲੋਕਾਂ ਦੀ ਜਿਹੜੀ ਇਸ ਮੁਹਿੰਮ ਦੇ ਵਿੱਚ ਬਹੁਤ ਹੀ ਜ਼ੋਰਾਂ ਨਾਲ ਜਿਹੜਾ ਸਮਰਥਨ ਮਿਲ ਰਿਹਾ ਸੋ ਮੈਂ ਸਮਝਦਾ ਕਿ ਦੈਨਿਕ ਸਵੇਰਾ ਵੱਲੋਂ ਸ਼ੁਰੂ ਕੀਤਾ ਇਹ ਪ੍ਰਯਾਸ ਬਹੁਤ ਹੀ ਜਲਦੀ ਸਫਲਤਾ ਦੇ ਰੂਪ 'ਚ ਅੱਗੇ ਸਾਡੇ ਸਾਹਮਣੇ ਆਊਗਾ। ਮੈਂ ਹਿਊਮਨ ਰਾਈਟ ਤੋਂ ਚਿਰਾਗ ਥਾਪਰ ਦੈਨਿਕ ਸਵੇਰਾ ਤੋਂ ਇੱਕ ਅਭਿਆਨ ਚੱਲ ਰਿਹਾ ਜਿਹਦੇ ਲਈ ਅਸੀਂ ਬੁੱਢਾ ਦਰਿਆ ਸਾਫ਼ ਕਰਨ ਲਈ ਬਹੁਤ ਲੋਕ ਇਹਨਾਂ ਨੂੰ ਪ੍ਰਦੀਪ ਅਗਰਵਾਲ ਜੀ ਨੂੰ ਜਾਗਰੂਕ ਕਰਨ ਆਏ ਹੈ ਸਭ ਤੋਂ ਪਹਿਲੀ ਮੰਗ ਮੈਂ ਪ੍ਰਦੀਪ ਜੀ ਨੂੰ ਇਹ ਕੀਤੀ ਹੈ ਕਿ ਸਭ ਤੋਂ ਪਹਿਲਾਂ ਇੱਥੇ ਟੋਲ ਫ੍ਰੀ ਨੰਬਰ ਸ਼ੁਰੂ ਕੀਤਾ ਜਾਵੇ ਕਿਉਂਕਿ ਅਸੀਂ ਦੇਖਦੇ ਹਾਂ ਬਹੁਤ ਲੋਕ ਇੱਥੇ ਕੂੜਾ ਸਿੱਟਦੇ ਹੈ ਅਤੇ ਸਿੱਟਣ ਤੋਂ ਬਾਅਦ ਉੱਥੇ ਉਹਨਾਂ ਦੇ ਕੋਈ ਵੀ ਅਗਰ ਉਹਨਾਂ ਨੂੰ ਬੋਲਦਾ ਤਾਂ ਅੱਗੋਂ ਪੁੱਠਾ ਪੈਂਦੇ ਆ ਉਹ ਅਤੇ ਉਹਨਾਂ ਕੋਲ ਕੋਈ ਹੱਲ ਨਹੀਂ ਹੁੰਦਾ ਇਹਨਾਂ ਦਾ ਅਤੇ ਮੈਂ ਚਾਹੁੰਦਾ ਉੱਥੇ ਹੈਲਪਲਾਈਨ ਨੰਬਰ ਹੋਵੇ ਜਿਹਦੇ ਨਾਲ ਕਿ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ ਜੇ ਇੱਕ ਬੰਦੇ 'ਤੇ ਕਾਰਵਾਈ ਹੋਈ ਹੋਊਗੀ 10 ਬੰਦੇ ਉੱਥੇ ਕੂੜਾ ਸਿੱਟਣ ਤੋਂ ਡਰਨਗੇ। ਦੇਖੋ ਇਹ ਜਿਹੜੀ ਸ਼ੁਰੂਆਤ ਕਰਨੀ ਹੈ ਦਰਿਆ ਦੀ ਇਹ ਸਿਰਫ ਕਾਰਪੋਰੇਸ਼ਨ ਨਹੀਂ ਕਰ ਸਕਦੀ ਸਭ ਤੋਂ ਪਹਿਲਾਂ ਸਾਨੂੰ ਇਹ 'ਤੇ ਜ਼ੋਰ ਦੇਣਾ ਪਏਗਾ ਜੇ ਅਸੀਂ ਖੁਦ ਇੰਪਰੂਵਮੈਂਟ ਸ਼ੁਰੂ ਕਰਾਂਗੇ ਤਾਂ ਹੀ ਕੁਛ ਨਾ ਕੁਛ ਹੋ ਸਕੇਗਾ ਇਸ ਲਈ ਮੈਂ ਇਹਨਾਂ ਨੂੰ ਮੰਗ ਕਰਦਾ ਸਭ ਤੋਂ ਪਹਿਲਾਂ ਤਾਂ ਜਿਹੜਾ ਇੱਥੇ ਹੈਲਪਲਾਈਨ ਨੰਬਰ ਹੈ ਉਹ ਸ਼ੁਰੂ ਕੀਤਾ ਜਾਵੇ ਸੈਕਿੰਡਲੀ ਜਿੱਦਾਂ ਇੱਦਾਂ ਇਹਨਾਂ ਦਾ ਜੋ ਵੀ ਇਹਨਾਂ ਦਾ ਪ੍ਰੋਸੀਜਰ ਆ ਉਹਨੂੰ ਫੋਲੋ ਕੀਤਾ ਜਾਵੇ ਅਸੀਂ ਉੱਥੇ ਬਕਾਇਦਾ ਹਿਊਮਨ ਰਾਈਟਸ ਤੋਂ ਸਾਰੇ ਕਲੱਬ ਦੇ ਵਰਕਰ ਉੱਥੇ ਡੇਲੀ ਗੇੜਾ ਰੱਖਿਆ ਕਰਾਂਗੇ ਜਿੱਥੇ ਸਾਨੂੰ ਕੋਈ ਗਲਤ ਲੱਗਦਾ ਅਸੀਂ ਜ਼ਰੂਰ ਇਹਨਾਂ ਕਮਿਸ਼ਨ ਸਾਹਿਬ ਕੋਲ ਆਵਾਂਗੇ। ਜਿਹੜਾ ਦੈਨਿਕ ਸਵੇਰਾ ਵੱਲੋਂ ਸਭ ਦਾ ਇੱਕ ਅਭਿਆਨ ਸ਼ੁਰੂ ਕੀਤਾ ਗਿਆ ਮੈਨੂੰ ਲੱਗਦਾ ਕਿ ਇਹ ਇੱਕ ਬਹੁਤ ਬੜੀ ਲੁਧਿਆਣੇ ਸ਼ਹਿਰ ਲਈ ਇੱਕ ਕਾਮਯਾਬੀ ਹੋਊਗੀ ਜਿਹਦੇ ਤਹਿਤ ਅੱਜ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਸੀ। ਅਸੀਂ ਕਮਿਸ਼ਨਰ ਸਾਹਿਬ ਨੂੰ ਅੱਜ ਫੁੱਲ ਦੇ ਕੇ ਇਹ ਹੈ ਕਿ ਕਮਿਸ਼ਨਰ ਸਾਹਿਬ ਅੱਜ ਤਾਂ ਅਸੀਂ ਫੁੱਲ ਦੇ ਕੇ ਆਏ ਹਾਂ ਤੁਹਾਨੂੰ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਸੰਸਥਾ ਜਿਹੜੀ ਅੱਜ ਮੈਨੂੰ ਲੱਗਦਾ ਕਿਤਨੇ ਹੀ NGO ਜਿਹੜੇ ਹੈ ਸਬਦਾ ਅਭਿਆਨ ਨਾਲ ਜੁੜੇ ਔਰ ਚਾਹੁੰਦੇ ਕਿ ਲੁਧਿਆਣੇ ਦਾ ਜਿਹੜਾ ਬੁੱਢਾ ਨਾਲਾ ਹੈ ਮੇਨ ਉਹਦੀ ਜਿਹੜੀ ਹੈਗੀ ਹੈ ਸਫਾਈ ਦੇ ਤਹਿਤ ਇਹਨਾਂ ਨੇ 51 ਮੈਂਬਰੀ ਇੱਕ ਟੀਮ ਬਣਾਈ ਹੈ ਔਰ ਉਹਨਾਂ ਦੇ ਉੱਤੇ ਜਿਹੜੇ ਆਫੀਸਰਸ ਲਗਾਏ ਹੈ ਵੀ ਉਹਨਾਂ ਦੇ ਜਿਹੜੇ ਨੰਬਰ ਹੈ ਔਰ ਉਹਨਾਂ ਦੇ ਐਡਰੈਸ ਉਹਨਾਂ ਦੇ ਨਾਮ
जिहड़े ओ आम सारे NGO जिन्ने भी हैगे उन्हां नूं दित्ते जाण तां कि आम पब्लिक जिहड़ी है NGO जिहड़े भी जुड़े इस अभियान दे नाल ओ उन्हां नूं पुछ सकन कि तुसीं कम किन्ने तों किन्ने वजे तक उन्हां दी ड्यूटी है और किन्ने वजे तक उन्हां किहड़े ऑफिसर नूं किन्ना एरिया मिलिया होया ये चीज़ां जिहड़ियां हर इंसान उत्थे पुछ सकदा है। इस दे अलावा असीं एक रिक्वेस्ट अपने वल्लों परसनली भी की है कि एक कौंसलर नूं कितने जिहड़े हैगे ओ म्युनिसिपल कारपोरेशन दे जिहड़े स्वीपर ओह मिलदे है ये भी हर इन बंदे नूं पता होना चाहिए भी साढ़े वार्ड के किन्ने कारपोरेशन के जिहड़े हैगे स्वीपर्स है वह मिले हुए हैं जिदे करके कई कई गलियों च तीन तीन दिन सफाई नहीं आती जिदे करके आम लोग जिहड़े बड़े परेशान है। मैं राकेश पुरी प्रधान मालिक ट्रेड एसोसीएशन का इस अभियान जुड़े हैं और असीं लोग चाहते हैं भी इहदी जोर जोर नाल सफाई होवे और साढ़े सारे साथियों का साढ़े पब्लिक का नाल सहयोग पूरा मिलेगा। ਅਸੀਂ ਸਾਸ ਐਰੋਗਨੇਸ਼ਨ ਆਏ ਹਾਂ ਇੱਥੇ ਆਪਣਾ ਅਸੀਂ ਇਹਨਾਂ ਨੂੰ ਮਿਲੇ ਹਾਂ ਅੱਜ ਸਵੱਛਤਾ ਅਭਿਆਨ ਵਾਸਤੇ ਉਹਦੇ ਲਈ ਅਸੀਂ ਸਾਰੇ ਅਵੇਅਰ ਹੋਣਾ ਚਾਹੁੰਦੇ ਹਾਂ ਤਾਂ ਕਿ ਯਾਨੀ ਕਿ ਜਿਹੜੀ ਗੰਦਗੀ ਹੈ ਭਾਰਤ ਦੀ ਉਹ ਖਤਮ ਕੀਤੀ ਜਾ ਸਕੇ ਔਰ ਲੁਧਿਆਣਾ ਵਿੱਚ ਬੇਸਿਕਲੀ ਜਿਹੜੀ ਬੁੱਢੇ ਨਾਲੇ ਤੋਂ ਗੰਦਗੀ ਆ ਰਹੀ ਹੈ ਸਾਨੂੰ ਸਾਰਿਆਂ ਨੂੰ ਯਾਨੀ ਕਿ ਉਹਦੇ ਲਈ ਸਫਾਈ ਲਈ ਅੱਗੇ ਆਉਣਾ ਚਾਹੀਦਾ ਵੱਧ ਤੋਂ ਵੱਧ ਅਸੀਂ ਉਹਨਾਂ ਨਾਲ ਅੱਜ ਇਸੇ ਲਈ ਮੀਟਿੰਗ ਕੀਤੀ ਹੈ ਸਾਡਾ ਅਹਿਸਾਸ ਗਰੁੱਪ ਵੱਲੋਂ ਪੂਰਾ ਪੂਰਾ ਅਸੀਂ ਸਪੋਰਟ ਕਰਾਂਗੇ ਉਹਨਾਂ ਨੂੰ ਜਿੱਥੇ ਵੀ ਜ਼ਰੂਰਤ ਹੋਏਗੀ ਅਸੀਂ ਪੂਰੀ ਦੀ ਪੂਰੀ ਟੀਮ ਉਹਨਾਂ ਦੇ ਨਾਲ ਖੜਾਂਗੇ। ਅੱਜ ਕਾਰਪੋਰੇਸ਼ਨ ਦੇ ਕਮਿਸ਼ਨਰ ਅਗਰਵਾਲ ਸਾਹਿਬ ਨੂੰ ਲੁਧਿਆਣੇ ਸ਼ਹਿਰ ਦੇ ਲੋਕਾਂ ਵੱਲੋਂ ਅਲੱਗ ਅਲੱਗ ਸੰਸਥਾਵਾਂ ਵੱਲੋਂ ਜੋ ਦੈਨਿਕ ਸਵੇਰਾ ਨੇ ਹਲਚਲ ਨੇ ਇਹ ਮੁਹਿੰਮ ਸ਼ੁਰੂ ਕੀਤੀ ਕਿ ਬੁੱਢਾ ਦਰਿਆ ਜਿਹੜਾ ਸਾਫ਼ ਹੋਣਾ ਚਾਹੀਦਾ ਇਹ ਬਹੁਤ ਹੀ ਜ਼ਰੂਰੀ ਹੈ। ਲੁਧਿਆਣੇ ਸ਼ਹਿਰ ਦਾ ਹੀ ਨਹੀਂ ਨੁਕਸਾਨ ਹੋ ਰਿਹਾ ਪੂਰੇ ਦੇਸ਼ ਦੇ ਵਿੱਚ ਰਾਜਸਥਾਨ ਦਾ ਵੀ ਇਸ ਮੁਹਿੰਮ ਦੇ ਬੁੱਢੇ ਦਰਿਆ ਦੀ ਗੰਦਗੀ ਕਰਕੇ ਅਸਰ ਪੈ ਰਿਹਾ ਲੋਕਾਂ ਨੂੰ ਵੱਡੇ ਪੱਧਰ ਦੇ ਉੱਪਰ ਕੈਂਸਰ ਦੀ ਬਿਮਾਰੀ ਜਿਹੜੀ ਲੱਗ ਰਹੀ ਹੈ ਔਰ ਮੈਂ ਵੀ ਅੱਜ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੁੰਦਾ ਹੋਇਆ ਜਿੱਥੇ ਦੈਨਿਕ ਸਵੇਰਾ ਹਲਚਲ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਉੱਥੇ ਕਮਿਸ਼ਨਰ ਸਾਹਿਬ ਮੇਹਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬੁੱਢੇ ਦਰਿਆ ਨੂੰ ਜਲਦ ਤੋਂ ਜਲਦ ਸਾਫ਼ ਕੀਤਾ ਜਾਵੇ। ਅੱਜ ਆਪਣੇ ਸ਼ਹਿਰ ਦੇ ਕੁਝ ਵਾਸ਼ਿੰਦੇ ਜਿਹੜੇ ਹੈਗੇ ਉਹ ਕਾਰਪੋਰੇਸ਼ਨ 'ਚ ਮੈਨੂੰ ਮਿਲਣ ਵਾਸਤੇ ਆਏ ਸੀ ਕਿ ਜਿਹੜਾ ਬੁੱਢੇ ਨਾਲੇ ਦਾ ਸਪੈਸ਼ਲੀ ਜਿਹੜੀ ਪ੍ਰੋਬਲਮ ਹੈਗੀ ਕਿ ਬਹੁਤ ਜ਼ਿਆਦਾ ਗੰਦਾ ਦਰਿਆ ਜਿਹੜਾ ਹੈਗਾ ਸ਼ਹਿਰ 'ਚੋਂ ਲੰਘਦਾ ਹੈ ਉਹਨੂੰ ਸਾਫ਼ ਕਰਨ ਵਾਸਤੇ ਉਪਰਾਲੇ ਕੀਤੇ ਜਾਣ। ਉਹਦੇ ਵਿੱਚ ਉਹਨਾਂ ਨੇ ਕੁਝ ਸਜੈਸ਼ਨਸ ਵੀ ਦਿੱਤੇ ਬਟ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਸ਼ਹਿਰ ਦੇ ਲੋਕ ਜਿਹੜੇ ਹੈਗੇ ਉਹ ਹੁਣ ਜਾਗਰੂਕ ਹੋ ਰਹੇ ਨੇ ਕਿਉਂਕਿ ਮੇਨ ਪ੍ਰੋਬਲਮ ਜਿਹੜੀ ਹੈਗੀ ਜੇ ਆਪਾਂ ਵੇਖੀਏ ਸਫਾਈ ਦੀ ਜਿਹੜੀ ਹੁੰਦੀ ਹੈ ਉਹ ਇੰਡੀਵਿਜੁਅਲ ਤੋਂ ਹੀ ਸਟਾਰਟ ਹੁੰਦੀ ਹੈ। ਜੇ ਹਰ ਇੱਕ ਬੰਦਾ ਇਸ ਦੇ ਵਾਸਤੇ ਜਾਗਰੂਕ ਹੋ ਜਾਵੇ ਗੰਦ ਨਾ ਫੈਲਾਵੇ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕਰੇ ਘੱਟ ਸੀਵਰ ਜਨਰੇਟ ਕਰੇ ਤਾਂ ਇਹ ਪ੍ਰੋਬਲਮ ਜਿਹੜੀਆਂ ਹੈਗੀਆਂ ਕਾਫੀ ਹੱਦ ਤੱਕ ਆਪ ਹੀ ਸੋਰਟ ਆਊਟ ਜਿਹੜੀਆਂ ਹੁੰਦੀਆਂ ਹੁੰਦੇ ਹੋ ਜਾਂਦੀਆਂ ਨੇ। ਸਰ ਬੁੱਢੇ ਦਰਿਆ ਦੇ ਕੰਢਿਆਂ 'ਤੇ ਜਿਹੜੀ ਗੰਦਗੀ ਵੱਧ ਰਹੀ ਆ ਰਹੀ ਆ ਉਹਨੂੰ ਰੋਕਣ ਵਾਸਤੇ ਕੀ ਪਲਾਨਿੰਗ ਕੀਤਾ ਹੈ ਔਰ ਕਿਸ ਤਰ੍ਹਾਂ ਕੁਛ? ਸਭ ਤੋਂ ਪਹਿਲਾਂ ਆਪਾਂ ਸ਼ਹਿਰ ਵਾਸੀਆਂ ਨੂੰ ਕਾਫੀ ਨਾਲ ਲੈ ਕੇ ਚੱਲ ਰਹੇ ਹਾਂ ਕਿ ਸੀਵਰ ਜਿਹੜਾ ਹੈਗਾ ਗੰਦ ਸੀਵਰ ਜਿਹੜਾ ਹੈਗਾ ਉਹਨੂੰ ਘੱਟ ਤੋਂ ਘੱਟ ਜਨਰੇਟ ਕਰੀਏ ਜਿਹੜੀ ਪਾਣੀ ਦੀ ਇਸਤੇਮਾਲ ਹੈਗੀ ਕਿਉਂਕਿ ਸਭ ਤੋਂ ਜ਼ਿਆਦਾ ਗੰਦਾ ਪਾਣੀ ਜਿਹੜਾ ਹੈਗਾ ਬੁੱਢੇ ਦਰਿਆ 'ਚੋਂ ਨਿਕਲਦਾ ਹੈ ਉਹ ਪਾਣੀ ਜਿਹੜਾ ਹੈਗਾ ਘੱਟ ਤੋਂ ਘੱਟ ਜੇ ਲੋਕ ਵਰਤਦੇ ਨੇ ਸੀਵਰ ਘੱਟ ਜਨਰੇਟ ਕਰਦੇ ਹੈ ਤਾਂ ਬੁੱਢੇ ਨਾਲੇ 'ਚ ਵੀ ਗੰਦਗੀ ਜਿਹੜੀ ਹੈਗੀ ਘੱਟ ਤੋਂ ਘੱਟ ਪੁੰਜੂਗੀ। ਇਸ ਤੋਂ ਇਲਾਵਾ ਕਾਰਪੋਰੇਸ਼ਨ ਵੱਲੋਂ ਵੀ ਇੱਕ ਮੁਹਿੰਮ ਚਾਲੂ ਕੀਤੀ ਗਈ ਹੈ ਜਿਸ ਦੇ ਵਿੱਚ ਤਕਰੀਬਨ 50-55 ਲੇਬਰ ਜਿਹੜੀ ਹੈਗੀ ਕਾਰਪੋਰੇਸ਼ਨ ਵੱਲੋਂ ਸਪੈਸ਼ਲੀ ਡਿਪਿਊਟ ਕੀਤੀ ਹੈ ਕਿ ਬੁੱਢੇ ਨਾਲੇ ਦੀ ਸਫਾਈ ਵੱਲ ਸਪੈਸ਼ਲ ਧਿਆਨ ਦਿੰਦੇ ਹੋਏ ਉਹਦੇ ਆਲੇ ਦੁਆਲੇ ਦਾ ਜਿਹੜਾ ਏਰੀਆ ਹੈਗਾ ਉਹਨੂੰ ਸਾਫ਼ ਸੁਥਰਾ ਰੱਖਿਆ ਜਾਵੇ। ਅਪਾਰਟ ਫਰੋਮ ਦੈਟ ਜਿਹੜੇ ਲੋਕ ਹੈਗੇ ਜਿਹੜੇ ਪ੍ਰਾਈਵੇਟ ਲੋਕ ਹੈਗੇ ਜਿਹੜੇ ਕਿ ਉੱਥੇ ਗੰਦਗੀ ਕ੍ਰੀਏਟ ਕਰਦੇ ਨੇ ਉਹਦੇ ਵਾਸਤੇ ਵੀ ਕਾਰਪੋਰੇਸ਼ਨ ਵੱਲੋਂ ਹੁਣ ਫਾਈਨ ਦਾ ਪ੍ਰੋਵੀਜ਼ਨ ਜਿਹੜਾ ਹੈਗਾ ਹੋਰ ਸਖਤ ਕਰਨ ਜਾ ਰਹੇ ਹਾਂ। ਜਿਹੜੇ ਟਾਈਮ 'ਤੇ ਸਪੈਸ਼ਲੀ ਗੰਦ ਫੈਲਾਈ ਜਾਂਦੀ ਉਸ ਟਾਈਮ 'ਤੇ ਆਪਾਂ ਉੱਥੇ ਪ੍ਰੋਪਰਲੀ ਇੰਸਪੈਕਟਰਾਂ ਦੀ ਡਿਊਟੀ ਲਗਾ ਰਹੇ ਹਾਂ ਜਿਸ ਤੋਂ ਕਿ ਕੋਈ ਵੀ ਬੰਦਾ ਜੇ ਉੱਥੇ ਗੰਦ ਸੁੱਟਦਾ ਹੋਇਆ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ਼ ਪ੍ਰੋਪਰ ਫਾਈਨ ਕਰਕੇ ਕਾਰਵਾਈ ਕੀਤੀ ਜਾ ਸਕਦੀ। ਮੈਂ ਤਾਂ ਆਮ ਲੋਕਾਂ ਨੂੰ ਆਪਣੇ ਜਿਹੜੇ ਲੁਧਿਆਣਾ ਦੇ ਵਸਨੀਕ ਹੈਗੇ ਉਹਨਾਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਅਪੀਲ ਕਰਨਾ ਚਾਹਾਂਗਾ ਕਿ ਜਿਹੜੀ ਚੀਜ਼ ਮਿਨੀਮਮ ਵਰਤੋਂ ਨਾਲ ਆਪਟੀਮਮ ਵਰਤੋਂ ਨਾਲ ਕੀਤੀ ਜਾ ਸਕਦੀ ਹੈ ਉਹਨੂੰ ਉਸਦੇ ਨਾਲ ਹੀ ਸਾਰਿਆ ਜਾਵੇ। ਕੋਈ ਐਕਸਟਰਾ ਐਕਸੈਸ ਜਿਹੜਾ ਖਰਚਾ ਹੈਗਾ ਐਕਸੈਸ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਵਰਤੀਆਂ ਨਾ ਜਾਣ ਸਹੀ ਪਾਣੀ ਦੀ ਵਰਤੋਂ ਕਰਨ ਜ਼ਬਰਦਸਤੀ ਪਾਣੀ ਜਿਹੜਾ ਹੈਗਾ ਆਪਣੇ ਟੈਪਾਂ 'ਚ ਹੁੰਦੇ ਹੋਏ ਸੀਵਰ ਹੁੰਦੇ ਹੋਏ ਬੁੱਢੇ ਨਾਲੇ 'ਚ ਜਾ ਕੇ ਡਿੱਗਦਾ ਹੈ ਉਹਨੂੰ ਘੱਟ ਤੋਂ ਘੱਟ ਯੂਜ਼ ਕਰਨਗੇ ਤਾਂ ਫਿਰ ਇਹ ਜਿਹੜੀ ਪ੍ਰੋਬਲਮ ਹੈਗੀ ਉਹਨੂੰ ਰਲ ਮਿਲ ਕੇ ਆਪਾਂ ਸੋਰਟ ਆਊਟ ਕਰ ਸਕਦੇ ਹਨ। ਕੂੜਾ ਜਿਹੜਾ ਹੈਗਾ ਉਹਨੂੰ ਜਿੰਨਾ ਪੋਸੀਬਲ ਹੋਵੇ ਆਪਾਂ
जिहड़ा ए टू जेड जिहड़ी अपनी कंपनी हैगी उन्हां दे जिहड़े बंदे आउंदे आ उन्हां नूं डोर टू डोर कलैक्शन करदे आ उन्हां नूं हैंड ओवर करन सैकेंडरी पॉइंटां ते डंप करन सैकेंडरी पॉइंटां ते जिहड़े डंप जिहड़े डस्टबिन बने हुए उन्हां दे अंदर पाउन और अपना पूरा सहयोग दैन कि किते भी गंदगी वो ना क्रिएट करन जे वो गंदगी किते क्रिएट नहीं करदे तां आपे ही बहुत ज़्यादा सोल्यूशन जिहड़ा हैगा वो हो सकदा है।